ਬਹੁਤ ਹੀ ਸਤਿਕਾਰਯੋਗ ਮਾਪਿਓ ਤੇ ਪਿਆਰੇ ਬੱਚਿਓ ਕੱਲ ਅਸੀਂ ਇੰਗਲਿਸ਼ ਦੇ ਪਾਠ ਦੇ ਵਿੱਚ ਦਿਸ ਥੈਟ ਦੀਜ਼ ਦੋਜ਼ ਕੀ ਤਸਵੀਰ ਅਸੀਂ ਜਾਣਦੇ ਹਾਂ ਕਿ ਬਹੁਵਚਨ ਨੇੜੇ ਵਾਲੀ ਚੀਜ਼ ਦੀਜ਼ ਹੁੰਦੀ ਹੈ ਇੱਕ ਵਚਨ ਚੀਜ਼ ਦਿਸ ਹੁੰਦੀ ਹੈ ਬਹੁਵਚਨ ਦੂਰ ਵਾਲੀ ਚੀਜ਼ ਥੈਟ ਹੁੰਦੀ ਹੈ ਤੇ ਨੇੜੇ ਵਾਲੀ ਇੱਕ ਵਚਨ ਦੂਰ ਵਾਲੀ ਇੱਕ ਵਚਨ ਚੀਜ਼ ਥੈਟ ਹੁੰਦੀ ਹੈ ਤੇ ਬਹੁਵਚਨ ਚੀਜ਼ ਦੋਜ਼ ਹੁੰਦੀ ਹੈ ਇਸ ਲਈ ਪੈਰ ਵਿੱਚ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਹੈ ਤੇ ਆਪਾਂ ਇਸ ਨੀਲੇ ਐਰੋਇਡ ਦਿੱਤੇ ਹੋਏ ਹਨ ਦੂਰ ਚੀਜ਼ਾਂ ਲਈ ਹਨ 레드 ਵਾਲੇ ਜੋ ਐਰੋ ਹਨ ਤੀਰ ਹਨ ਉਹ ਨੇੜੇ ਦੀਆਂ ਲਈ ਹਨ ਨੇੜੇ ਵਾਸਤੇ ਅਸੀਂ ਨੀਲੇ ਐਰੋ ਵਾਸਤੇ ਥੈਟ ਵਰਤਾਂਗੇ ਤੇ ਲਾਲ ਵਾਸਤੇ ਅਸੀਂ ਥਿਸ ਵਰਤਾਂਗੇ ਤਾਂ ਦੇਖਦੇ ਹਾਂ ਅਸੀਂ ਇੱਥੇ ਭਰਨਾ ਹੈ ਤਾਂ ਆਪ ਨੂੰ ਪਤਾ ਹੈ ਇਹ ਕਾਰ ਹੈ ਇਜ਼ ਅ ਕਾਰ ਤਾਂ ਕੀ ਇਹ ਥੈਟ ਇਜ਼ ਅ ਕਾਰ ਤਾਂ ਥੈਟ ਇਸ ਦੂਰ ਹੈ ਨਾ ਕਾਰ ਇੱਕ ਵਚਨ ਹੈ ਤਾਂ ਇੱਥੇ T H A T ਭਰਨਾ ਹੈ ਤਾਂ ਤੁਸੀਂ ਨੂੰ that ਪਰ ਦੇਣਾ ਹੈ ਇਹ ਵੈਬ ਹੈ ਇਹ ਵੀ ਦੂਰ ਹੈ ਜਾਲਾ ਹੈ ਤਾਂ ਨੂੰ ਸੀ that ਪਰਾਂਗੇ T H A T ਇਹ ਜਿਹੜਾ ਪੈਨ ਹੈ ਨੇੜੇ ਹੈ ਦਿਸ ਇ ਜੇ ਪੈਨ ਤਾਂ ਇਸ ਨੂੰ ਸੀ ਦਿਸ ਪਰਾਂਗੇ ਤਾਂ ਇਸ ਤਰੀਕੇ ਨਾਲ ਪਹਿਰੇ ਬੱਚੋ ਤੁਸੀਂ ਇਸ ਪੇਜ ਦਾ ਦਿਸ ਅਤੇ that ਮੈਨੂੰ ਭਰ ਕੇ ਭੇਜਣਾ ਹੈ ਤੇ ਇਸਦੀ ਫੋਟੋਗ੍ਰਾਫੀ ਜਿਹਨੇ ਹਨ ਆਓ ਹੁਣ ਅਸੀਂ ਕੁਝ ਅਭਿਆਸ ਕਰਦੇ ਹਾਂ ਰਾਈਟ ਦਾ ਕਰੈਕਟ ਸੈਂਟੈਂਸ ਫਾਰ ਦੀ ਪਿਕਚਰ ਇਹ ਆਪਾਂ ਨੂੰ ਪੰਜ ਬਾਗ ਦਿੱਤੇ ਹੋਏ ਹਨ ਤੇ ਪੰਜਾਂ ਵਾਕਾਂ ਨੂੰ ਤੁਸੀਂ ਦੇ ਸਾਹਮਣੇ ਲਿਖਣਾ ਹੈ ਕਿ ਕਿਹੜੀ ਹੈ ਇਹਨੂੰ ਅਸੀਂ ਇੰਗਲਿਸ਼ ਐਂਟ ਕਹਿੰਦੇ ਹਾਂ ਤਾਂ ਲਿਖਾਂਗੇ ਥਿਸ ਇਜ਼ ਐਨ ਐਂਟ ਤੁਹਾਨੂੰ ਪਤਾ ਹੈ ਵੀ ਐਂਟ ਏ ਬੈਬਲ ਨਾਲ ਸ਼ੁਰੂ ਹੁੰਦਾ ਇਸ ਕਰਕੇ ਇਹਦੇ ਮੂਰੇ ਐਨ ਲੱਗਿਆ ਹੋਇਆ ਹੈ ਬਹੁਵਚਨ ਲਈ ਆਰ ਲੱਗਦਾ ਹੈ ਤਾਂ ਜਿਹੜੀ ਚੀਜ਼ਾਂ ਬਹੁਤੀਆਂ ਹੋਣਗੀਆਂ ਤੇ ਦੂਰ ਹੋਣਗੀਆਂ ਨੇੜੇ ਹੋਣਗੀਆਂ ਤਾਂ ਦੀਜ਼ ਆਰ ਲੱਗ ਜੂਗਾ ਜਿਵੇਂ ਦੀਜ਼ ਆਰ ਬੀਜ਼ ਇਸ਼ਾਦੇ ਮੱਖਨੇ ਵਰਤਿਆਣਾ ਤਾਂ ਇਹ ਇੱਕ ਬਾਕਸ ਹੈ ਜਿਹੜੇ ਹੈ this is box ਇੱਕ ਵਚਨ ਹੈ ਇਹ ਅੰਡੇ ਬਹੁਤੇ ਹਨ ਤਾਂ these are eggs ਬਣ ਜੂਗਾ ਉੱਲੂ ਇੱਕ ਹੈ ਤਾਂ this is an owl ਤਾਂ ਆਪਣੇ ਇਸ ਤਰੀਕੇ ਨਾਲ ਅਸੀਂ ਬਹੁਤ ਲਖਰੀ ਵਰਤ ਲਿਆ ਅਤੇ this these ਵੀ ਵਰਤ ਲਿਆ ਹੈ ਆਓ ਅੱਗੇ ਦੇਖਦੇ ਹਾਂ लेट्स ਰੀਡ ਐਂਡ ਅੰਡਰਸਟੈਂਡ a pen ਅਸੀਂ ਇੱਕ ਬਾਗ ਨੂੰ ਬਾਰ-ਬਾਰ ਬੋਲਾਂਗੇ ਤੁਹਾਨੂੰ ਬਾਗ ਪੜ੍ਹਨਾ ਆ ਜਾਏਗਾ ਫਿਰ ਆਪਾਂ ਇਹਦੇ ਵਿੱਚ ਹੋਰ ਵਾਕਾ ਕਰਦੇ ਹਾਂ ਏ ਰੈੱਡ ਪੈਨ ਏ ਕਲਾਲ ਪੈਨ ਹੈ ਏ ਪੈਨ ਇੱਕ ਪੈਨ ਹੈ ਏ ਰੈੱਡ ਪੈਨ ਕਲਾਲ ਪੈਨ ਹੈ ਇਹ ਬੁਆਏ ਹੈਜ਼ ਏ ਰੈੱਡ ਪੈਨ ਇੱਕ ਲੜਕੇ ਕੋਲ ਕਲਾਲ ਪੈਨ ਹੈ ਇਸ ਤਰੀਕੇ ਨਾਲ ਪੜ੍ਹ ਸਕਦੇ ਹਾਂ ਉਮੀ ਏ ਬੈਗ ਇੱਕ ਥੈਲਾ ਏ ਬਿਗ ਬੈਗ ਇੱਕ ਵੱਡਾ ਥੈਲਾ ਏ ਬਿਗ ਬੈਗ ਹੈਜ਼ ਏ ਟੈਗ ਇੱਕ ਵੱਡੇ ਵੈਗ ਨਾਲ ਇੱਕ ਪਰਚੀ ਲੱਗੀ ਹੋਈ ਹੈ ਤਾਂ ਇਹ ਪਰਚੀ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਪੜ੍ਹ ਸਕਦੇ ਹਾਂ ਏ ਮੈਨ ਐਨ 올ਡ ਮੈਨ ਐਨ 올ਡ ਮੈਨ ਹੈਜ਼ ਏ ਕੇਨ ਇੱਕ 올ਡ ਮੈਨ ਕੋਲ ਇੱਕ ਕੇਨ ਹੈ ਤਾਂ ਇਸ ਤਰੀਕਾ ਨਾਲ ਸੀ ਪਰਸਾਂ ਕੇਨ ਮਨੇ ਬੈਂ ਦੀ ਖੁੰਡੀ ਹੁੰਦੀ ਹੈ ਨਾ ਏ ਕੈਟ ਇੱਕ ਕਿਊਟ ਕੈਟ ਇੱਕ ਕਿਊਟ ਬ੍ਰਾਊਨ ਕੈਟ ਇੱਕ ਬਿੱਲੀ ਇੱਕ ਪਿਆਰੀ ਬਿੱਲੀ ਇੱਕ ਪਿਆਰੀ ਪੂਰੀ ਬਿੱਲੀ ਇਸ ਤਰੀਕਾ ਨਾਲ ਸੀ ਪੜ੍ਹਤ ਹਾਂ ਮਤਲਬ ਵਾਕਾਂ ਨੂੰ ਲਗਾ ਲਗਾ ਪੜ੍ਹਾਂਗੇ ਤਾਂ ਤੁਸੀਂ ਇਹਨਾਂ ਨੂੰ ਪੜ੍ਹਨਾ ਵੀ ਹੈ ਤੇ ਲਿਖਣਾ ਵੀ ਹੈ ਇੱਕ ਪੇਜ ਆਪਾਂ ਹੋਰ ਕਰਦੇ ਹਾਂ ਅੱਜ ਦੇ ਲਈ ਜਿਵੇਂ ਦਿਸ ਇਜ਼ ਮਾਈ ਡੌਗ ਇਟ ਇਜ਼ ਏ ਬਿਗ ਡੌਗ ਇਟ ਰਨਸ ਬਿਹਾਈਂਡ ਮੀ ਇਹ ਮੇਰਾ ਕੁੱਤਾ ਹੈ। ਇੱਕ ਵੱਡਾ ਕੁੱਤਾ ਹੈ। ਇਹ ਮੇਰੇ ਪਿੱਛੇ ਦੌੜਦਾ ਹੈ। This is my pen. ਇਹ ਮੇਰਾ ਪੈਨ ਹੈ। Its color is red। ਇਸ ਦਾ ਰੰਗ ਲਾਲ ਹੈ। I like it। ਮੈਂ ਸਾਨੂੰ ਪਸੰਦ ਕਰਦੀ ਹਾਂ। ਤੁਸੀਂ ਇਸ ਤਰੀਕੇ ਨਾਲ ਇੰਗਲਿਸ਼ ਦੇ ਵਿੱਚ ਆਪਣੇ ਮਾਨੋ ਭਾਵ ਪ੍ਰਗਟ ਕਰਨਾ ਸਿੱਖ ਜਾਓਗੇ। ਆਓ ਹੁਣ ਆਪਾਂ ਅਗਲਾ ਛੋਟਾ ਪੈਰਾਗ੍ਰਾਫ ਪੜ੍ਹਦੇ ਹਾਂ। This is my cat। ਇਹ ਮੇਰੀ ਬਿੱਲੀ ਹੈ। It is cute। ਇਹ ਪਿਆਰੀ ਹੈ। It drinks milk। ਇਹ ਦੁੱਧ ਪੀਂਦੀ ਹੈ। ਦਿਸ ਇਜ਼ ਅ ਡਸਟਬਨ ਇੱਕ ਕੂੜੇਦਾਨ ਹੈ ਯੂਜ਼ ਇਟ ਇਸ ਦੀ ਵਰਤੋਂ ਕਰੋ ਥਰੂ ਬਿਟਸ ਆਫ ਪੇਪਰ ਇਸ ਵਿੱਚ ਕਾਗਜ਼ ਦੇ ਟੁਕੜੇ ਸੁੱਟੋ ਹੁਣ ਆਪਾਂ ਇਹਨਾਂ ਤਿੰਨਾਂ ਵਾਕਾਂ ਦੇ ਵਿੱਚ ਤਿੰਨਾਂ ਪੈਰਾਂ ਦੇ ਵਿੱਚ ਅਸੀਂ ਇੱਕੋ ਵਾਕ ਤੇ ਇੱਕੋ ਗੱਲ ਤੇ ਵਾਰ-ਵਾਰ ਬੋਲੇ ਸੀ ਇੱਥੇ ਅਸੀਂ ਹਰ ਵਾਕ ਦੇ ਵਿੱਚ ਨਵੀਂ ਗੱਲ ਬੋਲੇ ਹਾਂ ਇਸ ਤਰੀਕੇ ਨਾਲ ਸਾਨੂੰ ਇੰਗਲਿਸ਼ ਪੜ੍ਹਨੀ ਆ ਜਾਏਗੀ ਦੈਟ ਇਜ਼ ਦਾ ਸਨ ਉਹ ਸੂਰਜ ਹੈ ਕਿ ਸੂਰਜ ਦੂਰ ਹੈ ਇਟ ਸ਼ਾਈਨਸ ਇਨ ਦਾ ਮਾਰਨਿੰਗ ਇਹ ਸਵੇਰ ਸਵੇਰੇ ਚਮਕਦਾ ਹੈ ਇਟ goes away at night ate eh raat nu chala janda hai ta is tarike naal paira bacho is paragraphs nu bhi tusi likh ke isde photographs nu bhejne han tuhanu sada bahut dhanwad